ਕਿਉਂਕਿ ਝੋਨੇ ਦੀ ਬਿਜਾਈ ਬਿਲਕੁਲ ਸਿਰ 'ਤੇ ਆ ਰਹੀ ਹੈ ਅਤੇ ਕਣਕ ਝੋਨਾ ਬੀਜਣ ਦੇ ਵੇਲੇ ਕਿਸਾਨਾਂ ਅਤੇ ਸਰਕਾਰ ਦੇ ਵਿੱਚ ਜਿਹੜਾ ਟਕਰਾਅ ਵਾਲੀ ਸਥਿਤੀ ਬਣੀ ਹੋਈ ਹੈ ਜਿਹੜੀ ਕਿ ਬਹੁਤ ਹੀ ਮੰਦਭਾਗੀ ਹੈ। ਸੋ ਸਰਕਾਰ ਨੂੰ ਕਿਸਾਨਾਂ ਨਾਲ ਬੈਠ ਕੇ ਇਹਦੇ ਬਾਰੇ ਫੈਸਲਾ ਕਰ ਲੈਣਾ ਚਾਹੀਦਾ। ਜਿਹੜੀ 20 ਤਰੀਕ ਹੈ ਝੋਨਾ ਦੀ ਲਵਾਈ ਦੀ, ਉਹ ਬੜੀ ਗਲਤ ਹੈ, ਉਹਦੇ ਨਾਲ ਬਹੁਤ ਵੱਡਾ ਨੁਕਸਾਨ ਹੁੰਦਾ ਕਿਸਾਨਾਂ ਦਾ ਵੀ ਅਤੇ ਸਰਕਾਰ ਦਾ ਵੀ। ਸੋ ਇਸ ਕਰਕੇ ਜਿਹੜੀ 13 ਤਰੀਕ ਵੀ ਦਿੱਤੀ ਹੈ ਸਰਕਾਰ ਨੇ ਕਿ ਬਿਜਲੀ ਛੱਡਣ ਦੀ ਖਾਤਰ, ਮੈਂ ਸਮਝਦਾ ਉਹ ਵੀ ਜ਼ਿਆਦਾ ਦੂਰ ਹੈ, ਇਹਦੇ ਨਾਲ ਵੀ ਬੜੇ ਵੱਡੇ ਨੁਕਸਾਨ ਹੁੰਦੇ ਆ। ਸਰਕਾਰ ਨੂੰ ਠੰਡੇ ਦਿਲ ਨਾਲ ਸੋਚਣਾ ਚਾਹੀਦਾ ਅਤੇ ਟਕਰਾਓ ਤੋਂ ਬਚਣਾ ਚਾਹੀਦਾ। ਉਹ ਬਿਲਕੁਲ ਠੀਕ ਹੈ ਕਿ 20 ਤਰੀਕ ਬਿਲਕੁਲ ਗਲਤ ਹੈ, 13 ਤਰੀਕ ਵੀ ਬਿਲਕੁਲ ਗਲਤ ਹੈ, 5 ਜਾਂ 7 ਤਰੀਕ ਇਹਦੇ ਵਿੱਚ ਬੈਠ ਕੇ ਸਰਕਾਰ ਨੂੰ ਕਿਸਾਨਾਂ ਨਾਲ ਐਡਜਸਟਮੈਂਟ ਕਰ ਲੈਣੀ ਚਾਹੀਦੀ ਹੈ, ਜਿੱਦ ਛੱਡਣੀ ਚਾਹੀਦੀ ਹੈ। ਅਤੇ ਜੇ ਟਕਰਾਅ ਹੋਇਆ ਨੁਕਸਾਨ, ਉਹਦੀ ਜ਼ਿੰਮੇਵਾਰ ਸਰਕਾਰ ਹੋਏਗੀ। ਜੇ ਕਿਸਾਨਾਂ ਨਾਲ ਸਰਕਾਰ ਧੱਕਾ ਕਰੇਗੀ ਤਾਂ ਅਕਾਲੀ ਦਲ ਵੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇਗਾ, ਕੋਈ ਧੱਕਾ ਨਹੀਂ ਕਰਨ ਦੇਗਾ। ਪਰ ਮੈਂ ਫਿਰ ਅਪੀਲ ਕਰਦਾ ਕਿ ਦੋਨੇ ਤਰ੍ਹਾਂ ਬੈਠ ਕੇ 5 ਜਾਂ 7 ਜੂਨ ਦੇ ਲਾਗੇ ਜਾ ਕੇ ਸਮਝੌਤੇ ਦੇ ਉੱਤੇ ਆਇਆ ਜਾਵੇ ਤਾਂ ਕਿ ਦੋਨਾਂ ਦੀ ਗੱਲ ਹੀ ਰਹਿ ਜੇ।